ਸਤ ਸ੍ਰੀ ਅਕਾਲ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਜਿਹਨੂੰ ਬਿਗ ਬ੍ਰੇਕਿੰਗ ਨਿਊਜ਼ ਕਹਿੰਦੇ ਆ ਕੇਂਦਰ ਸਰਕਾਰ ਨੇ ਲਿਆ ਬਹੁਤ ਵੱਡਾ ਫੈਸਲਾ ਖਾਨ ਵਾਲੀ ਇਹ ਚੀਜ਼ ਹੋਈ ਸਸਤੀ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਕੇਂਦਰ ਸਰਕਾਰ ਨੇ ਚੌਲਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਜਿਸ ਤੋਂ ਬਾਅਦ ਚੋਲਾਂ ਦੀਆਂ ਕੀਮਤਾਂ 200 ਰੁਪਏ ਤੱਕ ਹੀ ਠਾਗੀਆਂ ਨੇ ਜੇਕਰ ਤੁਸੀਂ ਵੀ ਖਰੀਦਣਾ ਚਾਹੁੰਦੇ ਹੋ ਰਾਸ਼ਨ ਤਾਂ ਇਸ ਤੋਂ ਪਹਿਲਾਂ ਜਾਣ ਲਓ ਕੀ ਹਨ ਹੁਣ ਦੇ ਤਾਜ਼ਾ ਰੇਟ ਸਰਕਾਰ ਨੇ ਟੁੱਟੇ ਹੋਏ ਚੋਲਾਂ ਦੇ ਨਿਰਯਾਤ ਤੇ ਪਾਬੰਦੀ ਲਾ ਦਿੱਤੀ ਹੈ ਭਾਰਤ ਇਸ ਫੈਸਲੇ ਨਾਲ ਚੀਨ ਤੋਂ ਅਨਾਜ ਸੰਕਟ ਪੈਦਾ ਹੋ ਜਾਵੇਗਾ ਸਰਕਾਰ ਦੇ ਇਸ ਫੈਸਲੇ ਕਾਰਨ ਭਾਰਤ ਵਿੱਚ ਚੋਲਾਂ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ ਜੀ ਥੋਕ ਦੇ ਵਿੱਚ ਚੋਲਾਂ ਦੀਆਂ ਕੀਮਤਾਂ 100 ਤੋਂ 200 ਰੁਪਏ ਪ੍ਰਤੀ ਕੁਇੰਟਲ ਦੀ ਗਿਰਾਵਟ ਦਰਜ ਕੀਤੀ ਗਈ ਆ ਹਾਲਾਂਕਿ ਪਰਚੂਨ ਕੀਮਤਾਂ 'ਚੋ ਅਜੇ ਤੱਕ ਕੋਈ ਗਰਾਵਟ ਨਹੀਂ ਆਈ ਪਰ ਜਲਦੀ ਹੀ ਪਰਚੂਨ ਕੀਮਤਾਂ ਬਾਜ਼ਾਰ ਦੇ ਵਿੱਚ ਗਰਾਵਟ ਦੇਖਣ ਨੂੰ ਮਿਲੇਗੀ ਜੀ ਖਪਤਕਾਰ ਮਾਮਲੇ ਦੀ ਵੈਬਸਾਈਟ ਤੇ 15 ਸਤੰਬਰ ਨੂੰ ਪਰਚੂਨ ਬਾਜ਼ਾਰ 'ਚ ਚੌਲਾਂ ਦੀ ਕੀਮਤ ₹38.34 ਪ੍ਰਤੀ ਕਿਲੋਗ੍ਰਾਮ ਸੀ ਇਸ ਦੇ ਨਾਲ ਇੱਕ ਮਹੀਨਾ ਪਹਿਲਾਂ ਚੌਲਾਂ ਦੀ ਕੀਮਤ ₹37.41 ਸੀ ਭਾਰਤ ਚੌਲਾਂ ਦਾ ਦੂਜਾ ਵੱਡਾ ਸਭ ਤੋਂ ਵੱਡਾ ਉਤਪਾਦਕ ਹੈ ਚੀਨ ਤੋਂ ਬਾਅਦ ਭਾਰਤ ਚੌਲਾਂ ਦਾ ਸਭ ਤੋਂ ਵੱਡਾ ਉਤਪਾਦਕ ਹੈ